ਇਹ ਹੈ ਕਿ ਤੁਸੀਂ ਵੀ ਵੰਦੇ ਭਾਰਤ ਐਕਸਪ੍ਰੈਸ ਦੇ ਵਿੱਚ ਸਫ਼ਰ ਕਰ ਸਕੋਗੇ। ਜਲੰਧਰ ਦੇ ਵਿੱਚ ਵੀ ਰੁਕੇਗੀ ਦਿੱਲੀ ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ। ਜਲੰਧਰ ਤੇ ਫਗਵਾੜਾ ਦੇ ਵਿੱਚ ਵੰਦੇ ਭਾਰਤ ਐਕਸਪ੍ਰੈਸ ਜਿਹੜੀ ਟ੍ਰੇਨ ਹੈ ਉਸਨੂੰ ਸਟਾਪੇਜ ਦਿੱਤਾ ਗਿਆ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਮੰਗ ਨੂੰ ਰੇਲਵੇ ਨੇ ਮਨਜ਼ੂਰੀ ਦੇ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਹੈ ਵੰਦੇ ਭਾਰਤ ਐਕਸਪ੍ਰੈਸ ਦਿੱਲੀ ਤੋਂ ਅੰਮ੍ਰਿਤਸਰ ਪੂਰੀ ਰਫ਼ਤਾਰ ਦੇ ਵਿੱਚ ਦੌੜਦੀ ਹੋਈ ਨਜ਼ਰ ਆਏਗੀ। ਇਸ ਸਮੇਂ ਦੇਸ਼ ਦੀ ਸਭ ਤੋਂ ਤੇਜ਼ ਟ੍ਰੇਨ ਦੇ ਵਿੱਚੋਂ ਇੱਕ ਕਿਹਾ ਜਾਂਦਾ। 180 ਕਿਲੋਮੀਟਰ ਦੀ ਕਰੀਬ ਕਰੀਬ ਸਪੀਡ ਦੇ ਨਾਲ ਇਹ ਟ੍ਰੇਨ ਦੌੜਦੀ ਹੈ। ਬਹੁਤ ਘੱਟ ਸਟੋਪੇਜ ਹੁੰਦੇ ਨੇ ਔਰ ਦਿੱਲੀ ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕੱਲ੍ਹ ਤੋਂ, ਯਾਨੀ ਕਿ ਸ਼ਨੀਵਾਰ ਤੋਂ। ਔਰ ਦਿੱਲੀ ਤੋਂ ਅੰਮ੍ਰਿਤਸਰ ਦੇ ਵਿੱਚ ਵਾਲੇ ਸਿਰਫ 5 ਸਟੇਸ਼ਨ ਨੇ ਜਿੱਥੇ ਇਹ ਟ੍ਰੇਨ ਰੁਕੇਗੀ। ਕਿਹੜੇ ਕਿਹੜੇ ਸਟੇਸ਼ਨ ਨੇ? ਦਿੱਲੀ ਤੋਂ ਚੱਲੇਗੀ ਅੰਬਾਲਾ, ਅੰਬਾਲੇ ਤੋਂ ਸਿੱਧਾ ਲੁਧਿਆਣਾ, ਲੁਧਿਆਣਾ ਤੋਂ ਫਿਰ ਫਗਵਾੜਾ, ਜਲੰਧਰ, ਬਿਆਸ ਰੁਕੇਗੀ ਤੇ ਉਸ ਤੋਂ ਬਾਅਦ ਸਿੱਧਾ ਅੰਮ੍ਰਿਤਸਰ। ਸਾਰੀਆਂ ਥਾਵਾਂ ਦੇ ਉੱਤੇ ਸਿਰਫ 2-2 ਮਿੰਟ ਦਾ ਸਟੋਪੇਜ ਹੋਏਗਾ, ਯਾਨੀ ਕਿ ਜੇਕਰ ਤੁਸੀਂ ਟ੍ਰੇਨ ਲੈਣੀ ਹੈ ਤਾਂ ਤੁਹਾਨੂੰ ਉਸ ਤਰੀਕੇ ਨਾਲ ਹੀ ਬਿਲਕੁਲ ਸਟੇਸ਼ਨ ਦੇ ਉੱਤੇ ਰਹਿਣਾ ਹੋਏਗਾ। ਵੰਦੇ ਭਾਰਤ ਐਕਸਪ੍ਰੈਸ ਨੂੰ ਲੈ ਕੇ ਬਹੁਤ ਅਹਿਮ ਖਬਰ ਹੈ। ਜਲੰਧਰ ਤੋਂ ਜਿਨ੍ਹਾਂ ਨੇ ਦਿੱਲੀ ਜਾਣਾ, ਜਲੰਧਰ ਤੋਂ ਜਿਨ੍ਹਾਂ ਨੇ ਅੰਮ੍ਰਿਤਸਰ ਜਾਣਾ, ਉਹਨਾਂ ਦੇ ਲਈ ਇਹ ਬਿਲਕੁਲ ਚਮਚਮਾਉਂਦੀ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਆਸਾਨ ਹੋ ਜਾਏਗਾ, ਕਿਉਂਕਿ ਜਲੰਧਰ ਤੇ ਫਗਵਾੜਾ ਦੋਵੇਂ ਥਾਵਾਂ ਦੇ ਉੱਤੇ ਸਟੋਪੇਜ ਵੰਦੇ ਭਾਰਤ ਐਕਸਪ੍ਰੈਸ ਵੇ ਨੂੰ ਦਿੱਤਾ ਗਿਆ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਨੀਟ ਅਤੇ ਜੇਈ ਦੀ ਪ੍ਰੀਖਿਆ ਦੇ ਲਈ ਇੱਕ ਇਤਿਹਾਸਿਕ ਉਪਰਾਲਾ ਕੀਤਾ ਗਿਆ, ਜਿਸ ਦੇ ਚੱਲਦੇ 31 ਦਸੰਬਰ ਤੱਕ ਅੰਮ੍ਰਿਤਸਰ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਰੈਜ਼ੀਡੈਂਸ਼ੀਅਲ ਕੈਂਪ ਲਗਾਇਆ ਗਿਆ ਹੈ, ਜਿਸ ਦੇ ਵਿੱਚ ਪ੍ਰੀਖਿਆ ਨੂੰ ਲੈ ਕੇ ਗਾਈਡਿੰਗ ਤੇ ਕਾਉਂਸਲਿੰਗ ਦੇ ਲਈ ਮੁਫ਼ਤ ਦੇ ਵਿੱਚ ਵਰਕਸ਼ਾਪ ਲਗਾਈ ਗਈ ਹੈ ਤੇ ਇਸ ਵਰਕਸ਼ਾਪ ਦਾ ਹਰ ਕੋਈ ਵਿਦਿਆਰਥੀ ਲਾਭ ਲੈ ਸਕਦਾ ਹੈ। ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪਹਿਲ ਦੇ ਵਿੱਚ ਇਹ ਇੱਕ ਵੱਡਾ ਉਪਰਾਲਾ ਮੰਨਿਆ ਜਾ ਰਿਹਾ। ਔਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਕਿ ਸਾਡੀ ਪੰਜਾਬ ਸਰਕਾਰ ਨੇ ਇੱਕ ਨਵਾਂ ਉਪਰਾਲਾ ਕੀਤਾ ਤਾਂ ਕਿ ਸਰਕਾਰੀ ਸਕੂਲ ਦੇ ਬੱਚੇ ਵੀ ਨੀਟ ਵਰਗੇ ਨਾਲੇ ਜੇਈ ਵਰਗੇ ਕੰਪੀਟੀਟਿਵ ਐਗਜ਼ਾਮ ਵਿੱਚ ਪਾਰਟ ਲੈਣ ਅਤੇ ਵਧੀਆ ਵਧੀਆ ਰੈਂਕ ਸਕੋਰ ਕਰਨ। ਅਤੇ ਇਹ ਉਪਰਾਲਾ ਬਹੁਤ ਵਧੀਆ ਕੀਤਾ ਗਿਆ ਅਤੇ ਉਰੇ ਬਹੁਤ ਜਿਹੜੀ ਜਿੰਨੀਆਂ ਵੀ ਅਰੇਂਜਮੈਂਟ ਕੀਤੀਆਂ ਗਈਆਂ ਬਹੁਤ ਹੀ ਵਧੀਆ ਨੇ। ਕਲਾਸਿਸ ਇੰਨੇ ਅੱਛੇ ਤਰੀਕੇ ਨਾਲ ਲੈਂਦੇ ਅਤੇ ਬਾਅਦ ਸਾਡੇ ਤੋਂ ਡਾਊਟ ਵੀ ਪੁੱਛਦੇ ਨੇ ਅਗਰ ਸਾਨੂੰ ਕੋਈ ਪ੍ਰੋਬਲਮ ਹੋਵੇ। ਉਰੇ ਹਰੇਕ ਤਰ੍ਹਾਂ ਦੀ ਸਾਨੂੰ ਫੈਸਿਲਿਟੀਜ਼ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ। ਕਿਹੜਾ ਐਗਜ਼ਾਮ ਕਲੀਅਰ ਕਰਨਾ? ਅਸੀਂ ਨੀਟ ਕਰਨਾ ਚਾਹੁੰਦੇ ਹਾਂ। ਜਿੱਥੇ ਕਿ ਸਾਡੀ ਪੰਜਾਬ ਸਰਕਾਰ ਆਪ ਸਰਕਾਰ ਵੱਲੋਂ ਬੱਚਿਆਂ ਲਈ ਕੰਪੀਟੀਟਿਵ ਐਗਜ਼ਾਮ ਦੇ ਲਈ ਫ੍ਰੀ ਕੋਚਿੰਗ ਦਿੱਤੀ ਜਾ ਰਹੀ ਹੈ ਅਤੇ ਮੈਂ ਵੀ ਇਸ ਵਿੱਚ ਭਾਗ ਲੈਣਾ ਹੈ, ਜਿਸ ਕਰਕੇ ਮੈਂ ਬਹੁਤ ਗ੍ਰੇਟਫੁੱਲ ਹਾਂ। ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਇਤਿਹਾਸ 'ਚ ਪਹਿਲੀ ਵਾਰ ਕੋਈ ਇੰਨੀ ਵਧੀਆ ਸਰਕਾਰ ਆਈ ਹੈ ਕਿ ਜਿਸਨੇ ਸਾਨੂੰ ਫ੍ਰੀ ਕੋਚਿੰਗ ਲਈ ਇੰਸਪੀਰੇਸ਼ਨ ਦਿੱਤੀ ਹੈ ਕਿ ਤੁਸੀਂ ਜੇਈ ਨੀਟ ਕਰੈਕ ਕਰੋ ਅਤੇ ਪੰਜਾਬ ਦਾ ਨਾਮ ਰੋਸ਼ਨ ਕਰੋ, ਅਤੇ ਅਸੀਂ ਵੀ ਇਸ ਦੇ ਭਾਗੀਦਾਰ ਬਣੇ ਆ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹੈ। ਇੰਨੀ ਵਧੀਆ ਫੈਸਿਲਿਟੀਜ਼ ਸਾਨੂੰ ਪ੍ਰੋਵਾਈਡ ਕੀਤੀਆਂ ਗਈਆਂ, ਖਾਣਾ ਸਾਨੂੰ ਹਰ ਵਧੀਆ ਵਧੀਆ ਐਕਟੀਵਿਟੀਜ਼ ਕਰਵਾਈਆਂ ਗਈਆਂ ਸਾਨੂੰ, ਤੇ ਆਪਾਂ ਬਹੁਤ ਖੁਸ਼ ਹਾਂ ਇਸ ਨਾਲੋਂ। ਤੇ ਹਾਂ, ਵੇਖਿਆ ਜਾਵੇ ਤੇ ਮੈਂ ਪਹਿਲੇ ਕਾਨਵੈਂਟ ਸਕੂਲ 'ਚ ਪੜ੍ਹਦੀ ਸੀਗੀ, ਉਸ ਤੋਂ ਬਾਅਦ ਮੈਂ ਗਵਰਨਮੈਂਟ ਸਕੂਲ 'ਚ ਆਈ ਤੇ ਮਤਲਬ ਉਸ ਤੋਂ ਬਾਅਦ ਸਾਡੇ SOE ਸਕੂਲਸ ਬਣੇ। ਇਨਫਰਾਸਟਰਕਚਰ ਸਾਡਾ ਵਰਲਡ ਕਲਾਸ ਇਨਫਰਾਸਟਰਕਚਰ ਹੈਗਾ, ਸਾਰੇ ਕੁਝ ਸਾਨੂੰ ਉੱਥੇ ਵੀ ਟੀਚਰਸ ਬਹੁਤ ਵਧੀਆ ਮਿਲੇ ਆ ਤੇ ਐਜੂਕੇਸ਼ਨ ਦੇ ਵਿੱਚ ਇੰਨਾ ਸੀਰੀਅਸ ਅੱਜ ਤੱਕ ਕੋਈ ਗਵਰਨਮੈਂਟ ਨੂੰ ਆਪਾਂ ਨਹੀਂ ਵੇਖਿਆ। ਪੰਜਾਬ ਸਰਕਾਰ ਇੰਨਾ ਜ਼ਿਆਦਾ ਇੱਕ ਮਤਲਬ ਇਸ ਇੱਕ ਇਵੈਂਟ ਕਰ ਰਹੀ ਹੈ ਔਰ ਕੋਸ਼ਿਸ਼ ਕਰ ਰਹੀ ਹੈ ਕਿ ਬੱਚਿਆਂ ਦੀ ਐਜੂਕੇਸ਼ਨ ਨੂੰ ਹੋਰ ਜ਼ਿਆਦਾ ਇੰਪਰੂਵ ਕੀਤਾ ਜਾ ਸਕੇ, ਅਤੇ ਅਸੀਂ ਆਪਣੇ ਵਧੀਆ ਵਧੀਆ ਟੀਚਰ ਜਿੱਥੋਂ ਮਿਲ ਸਕੇ, ਜਿਵੇਂ ਸਾਡੇ ਕੋਈ ਟੀਚਰ ਨੋਇਡਾ ਤੋਂ ਆਇਆ, ਕੋਈ ਦਿੱਲੀ ਤੋਂ ਆਇਆ, ਕੋਈ ਅਸੀਂ ਪੰਚਕੂਲਾ ਤੋਂ ਹਾਂ, ਕੋਈ ਚੰਡੀਗੜ੍ਹ ਤੋਂ ਆਇਆ, ਕੋਈ ਮਤਲਬ ਅਲੱਗ ਅਲੱਗ ਰੀਜਨਸ ਤੋਂ ਕਾਫੀ ਸਾਰੇ ਟੀਚਰ ਇਕੱਠੇ ਹੋ ਕੇ ਉਰੇ ਆਏ ਹਾਂ। ਔਰ ਇਹਦੇ ਲਈ ਮੈਂ ਪੰਜਾਬ ਸਰਕਾਰ ਨੂੰ ਵਧਾਈ ਵੀ ਦਿੰਦਾ ਕਿ ਇੰਨਾ ਕੋਈ ਸਰਕਾਰ ਇੰਨਾ ਸੀਰੀਅਸਲੀ ਇਸ ਵਕਤ ਲੈ ਰਹੀ ਹੈ। ਸਿਸਟਮ ਉਰੇ ਬੜਾ ਅੱਛਾ ਹੈ ਕਿ ਟਾਈਮ ਟੇਬਲ ਪ੍ਰੋਪਰ ਬਣਿਆ ਹੋਇਆ ਮਿਲਿਆ ਸਾਨੂੰ, ਕਿਹੜੀ ਕਲਾਸ ਪੂਰੇ ਟਾਈਮ ਸਿਰ ਕਲਾਸ ਸਟਾਰਟ ਹੁੰਦੀ ਹੈ, ਟਾਈਮ ਸਿਰ ਖਤਮ ਹੁੰਦੀ ਹੈ, ਅਤੇ ਸ਼ਾਮ ਨੂੰ ਡਾਊਟ ਕਲਾਸਿਸ ਵੀ ਲੱਗਦੀਆਂ, ਬੱਚੇ ਉਹਨਾਂ 'ਚ ਡਾਊਟ ਪੁੱਛਣ ਆਉਂਦੇ ਹੈ, ਉਹ 'ਚ ਪ੍ਰੈਕਟਿਸ ਹੁੰਦੀ ਹੈ ਅਲੱਗ ਅਲੱਗ ਕੁਸ਼ਚਨਸ ਦੀ।